ਸਾਡੇ ਲਈ ਪੰਜਾਬ ਪੁਲਿਸ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਸਾਡਾ ਇੱਕ ਬਹਾਦਰ ਸਾਥੀ ਜਿਹੜਾ ਗ੍ਰੇਵ ਪ੍ਰੋਵੋਕੇਸ਼ਨ ਦੇ ਵਿੱਚ ਵੀ ਸੰਜਮ ਤੋਂ ਅਤੇ ਹੌਸਲੇ ਨਾਲ ਕੰਮ ਕਰ ਸਕਦਾ ਸੀ, ਉਹਦਾ ਹੱਥ ਕੱਟਿਆ ਗਿਆ ਸੀ। ਇਸ ਗੱਲ ਦੇ ਵਿੱਚ ਉਹਦਾ ਜਿਹੜਾ ਇੰਡੀਆ ਦਾ ਸਭ ਤੋਂ ਬੈਸਟ ਟ੍ਰੀਟਮੈਂਟ ਹੈ ਜਿਹੜਾ ਉਹ ਪੀ ਜੀ ਆਈ ਹੋਣ ਤੋਂ ਬਾਅਦ ਅਤੇ ਰੱਬ ਦੀ ਮਿਹਰ ਦੇ ਨਾਲ ਉਹ ਜਿਹੜਾ ਕੱਟਿਆ ਹੱਥ ਜੁੜਾ ਕੇ ਅੱਜ ਏ ਐੱਸ ਆਈ ਹਰਜੀਤ ਸਿੰਘ ਗਿਆ ਸੀ, ਅੱਜ ਸਬ ਇੰਸਪੈਕਟਰ ਹਰਜੀਤ ਸਿੰਘ ਹੈ ਉਹ ਪਟਿਆਲੇ ਵਾਪਸ ਆ ਗਿਆ। ਇਹਦੇ ਲਈ ਮੈਂ ਸੀ ਐੱਮ ਸਾਹਿਬ ਪੰਜਾਬ ਅਤੇ ਡੀ ਜੀ ਪੀ ਪੰਜਾਬ ਇਹ ਉਹ ਖਾਸ ਤੌਰ 'ਤੇ ਪਟਿਆਲਾ ਪੁਲਿਸ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਦਿਨ 'ਚ ਕਈ ਕਈ ਵਾਰੀ ਪੀ ਜੀ ਆਈ ਉਹਦਾ ਕੇਸ ਨੂੰ ਫੋਲੋਅਪ ਕੀਤਾ। ਫਿਰ ਉਸ ਤੋਂ ਬਾਅਦ ਉੱਥੇ ਸਾਡੇ ਪੁਲਿਸ ਅਫਸਰਸ ਨੇ ਜਿਹੜੇ ਅੱਜ ਸਾਡੇ ਸਾਥੀ ਜਿਹੜੇ ਕਮਾਂਡੈਂਟ ਬਲਵਿੰਦਰ ਸਿੰਘ ਉਹ ਆਏ ਵੀ ਹੈ ਸਾਡੇ ਨਾਲ, ਉੱਥੇ ਉਹਦੀ ਕਿਵੇਂ ਲੁੱਕ ਆਫਟਰ ਕੀਤੀ, ਕਿਵੇਂ ਕੇਅਰ ਕੀਤੀ ਅਤੇ ਅੱਜ ਉਹ ਖੁਸ਼ੀ ਦੀ ਗੱਲ ਇਹ ਹੈ ਵੀ ਉਹ ਸਾਡੇ 'ਚ ਠੀਕ ਹੋ ਕੇ, ਹਜੇ ਪੂਰਾ ਠੀਕ ਹੋਣ ਲਈ ਤਾਂ ਕੁਛ ਮਹੀਨੇ ਲੱਗਣਗੇ, ਪਰ ਇੱਕ ਵਾਰੀ ਜਿਹੜੇ ਕਿ ਉਹਦੀ ਉਂਗਲਾਂ 'ਚ ਹੁਣ ਪ੍ਰੋਪਰ ਮੂਵਮੈਂਟ ਹੈਗੀ ਹੈ ਜਿਹੜਾ ਕਿ ਲੋਕਾਂ ਦੀ ਸੇਵਾ 'ਚ ਕੰਮ ਆ ਰਿਹਾ, ਆਮ ਲੋਕਾਂ ਦੀ ਜਿਹੜੀ ਮਦਦ ਦੇ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੱਥ ਜਿਹੜਾ ਸ਼ਰਾਰਤੀ ਅੰਸਰਾਂ ਵੱਲੋਂ ਕਰ ਦਿੱਤਾ ਗਿਆ ਸੀ ਉਹ ਦੁਬਾਰਾ ਜੁੜ ਕੇ ਪਟਿਆਲਾ ਪੁਲਿਸ ਨੂੰ। ਸਾਰੇ ਪਟਿਆਲਾ ਵਾਸੀਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਉਹ ਹੱਥ ਲੋਕਾਂ ਦੀ ਸੇਵਾ ਕਰਨ ਲਈ ਵਾਪਸ ਪਟਿਆਲੇ ਵਿੱਚ ਆ ਗਿਆ। ਅਤੇ ਇੱਕ ਹੋਰ ਜਿਹੜੀ ਖੁਸ਼ੀ ਵਾਲੀ ਗੱਲ ਪਟਿਆਲਾ ਪੁਲਿਸ ਲਈ ਹੈ, ਜਿਹੜੀ ਅਸੀਂ ਰਿਕਮੈਂਡੇਸ਼ਨ ਕੀਤੀ ਸੀ ਵੀ ਉਹਦੇ ਬੇਟੇ ਨੂੰ ਕੌਂਸਟੇਬਲ ਭਰਤੀ ਕਰ ਦਿੱਤਾ ਜਾਵੇ ਡੀ ਜੀ ਪੀ ਪੰਜਾਬ ਦੀ, ਇਸ ਗੱਲ ਲਈ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਉਹਨਾਂ ਵੱਲੋਂ। ਸਾਰੀ ਪੰਜਾਬ ਪੁਲਿਸ ਨੂੰ ਆਪਦੇ ਪਰਿਵਾਰ ਦੇ ਤੌਰ 'ਤੇ ਲਿਆ ਜਾ ਰਿਹਾ। ਉਹਦੇ ਬੇਟੇ ਅਰਸ਼ਪ੍ਰੀਤ ਨੂੰ ਅੱਜ ਉਹਨਾਂ ਨੇ ਬਤੌਰ ਕੌਂਸਟੇਬਲ ਭਰਤੀ ਕਰਤਾ ਐਜ਼ ਏ ਸਪੈਸ਼ਲ।